ਮੈਨੂੰ ਯਾਦ ਆਇਆ ਮੈਂ ਸਿੱਪੀ ਗਿੱਲ ਦੇ ਵਿਆਹ ਤੇ ਜਾਣਾ ਸੀ। ਮੈਂ ਵਿਆਹ ਤੇ ਜਾਣ ਲਈ ਫਟਾਫਟ ਬਾਥਰੂਮ ਦਾ ਦਰਵਾਜ਼ਾ ਖੋਲਿਆ, ਅੰਦਰ ਗਿਆ, ਅੰਦਰ ਪਾਣੀ ਟੱਪ ਰਿਹਾ ਸੀ। ਫਟਾਫਟ ਬਾਹਰ ਆਇਆ ਤੇ ਆਪਣਾ ਯਾਮਾ ਸਟਾਰਟ ਕੀਤਾ। ਤੇਲ ਮੁੱਕ ਗਿਆ, ਮੈਂ ਫਟਾਫਟ ਬੱਸ ਅੱਡੇ ਤੇ ਪਹੁੰਚਿਆ ਜਿੱਥੇ ਨਾਨਾ ਪਾਟੇਕਰ ਸਾਹਿਬ ਉੱਚੀ ਉੱਚੀ ਬੋਲ ਰਹੇ ਸਨ। ਅੱਛਾ ਹੈ, ਬਹੁਤ ਅੱਛਾ ਹੈ, ਸਿੱਖ ਨੂਰ ਫਗਵਾੜਾ ਮਾਨਸਾ ਜ਼ਿਲ੍ਹਾ ਵਾਲੇ ਮੱਚਣਾ ਗਾੜੀ ਵਹਾਂ ਨਹੀਂ ਜਾਏਗੀ। ਅੱਛਾ ਹੈ, ਮੈਂ ਠੀਕ, ਮੈਂ ਚੜ ਗਿਆ ਬੱਸ 'ਚ। ਸਭ ਤੋਂ ਪਹਿਲਾਂ ਸਨੀ ਡੋਲ ਜੀ ਆਏ, ਕਿਸੇ ਦੇ ਗੋਡੇ ਦੁੱਖੇ ਹੋਣ, ਕਿਸੇ ਦੇ ਮੋਢੇ, ਕਿਸੇ ਨੂੰ ਚੱਕਰ ਆ ਦਿਓ, ਕਿਸੇ ਨੂੰ ਚੋਰਸ, ਉਹਨਾਂ ਸਾਰਿਆਂ ਦਾ ਇਲਾਜ ਹੈ ਇਹ ਗੋਲੀ। ਬਾਜ਼ਾਰ ਵਿੱਚ ਇਸ ਦੀ ਕੋਈ ਵੀ ਕੀਮਤ ਹੋਵੇ, ਪਰ ਬਾਬੂ ਜੀ ਨੇ ਆਪਣੀ ਕੰਪਨੀ ਦੇ ਪ੍ਰਮੋਸ਼ਨ ਵਾਸਤੇ ਇਸ ਦੀ ਕੀਮਤ ਰੱਖੀ ਹੈ 10 ਰੁਪਏ, 10 ਰੁਪਏ, 10 ਰੁਪਏ। ਇਹ ਗਏ ਨਾਲ ਦੀ ਨਾਲ ਸਮੀਸ ਇੱਥੇ 'ਚ ਖੱਟੇ ਬੈਠੇ ਸੰਤੇ ਗੋਲੀ, ਖੱਟੇ ਬੈਠੇ ਸੰਤੇ ਗੋਲੀ। ਇਹ ਗਏ ਨਾਲ ਦੀ ਨਾਲ ਰਾਜਕੁਮਾਰ ਸਾਹਿਬ, ਯਾਨੀ ਉਹ ਪਗੜੀ, ਉਹ ਪਗੜੀ। ਇਹਨਾਂ ਨੂੰ ਬੱਸ ਚੱਲ ਪਈ, ਬੱਸ ਥੋੜ੍ਹੀ ਜਿਹੀ ਅੱਗੇ ਗਈ ਅਤੇ ਉੱਥੇ ਫਾਟਕ ਲੱਗਿਆ ਹੋਇਆ ਸੀ ਜਿੱਥੋਂ ਦੀ ਟ੍ਰੇਨ ਲੰਘ ਰਹੀ ਸੀ। ਮੈਂ ਫਟਾਫਟ ਪੈਲਸ ਪਹੁੰਚਿਆ ਜਿੱਥੇ ਕਨਵਰ ਭਾਅ ਜੀ ਗਾ ਰਹੇ ਸੀ, ਉਹ ਲਾਕਟ ਵਾਟੀ ਅੱਟ ਕੁੜੀ ਦਾ, ਉਹ ਫੋਟੀ ਸਾਵਨ ਵੈਟ ਕੁੜੀ ਦਾ, ਉਹ ਕਦੇ ਕੋਲ ਬਲਾਵ ਸਿਨ ਲਾਵ ਬਾ, ਉਹ ਕੋਲ ਬਲਾਵ ਸਿਨ ਲਾਵ ਮਸਤੀ ਵਰਦੀ। ਸੱਚ ਕਹਿੰਦਾ ਇਹ ਗਏ ਨਾ ਦੀ ਨਾ ਜਸਵਿੰਦਰ ਬਰਾੜ ਜੀ, ਇਹ ਗਾ ਕੇ ਗਿਆ ਨਾਲ ਦੀ ਨਾਲ ਲੈਟ ਲਾਂਗੀ, ਲੈਟ ਲਾਂਗੀ ਤੇ ਜਨਰੇਟਰ ਔਨ ਕਰਨਾ ਪਿਆ। ਲੈਟ ਆਈ, ਪਤਾ ਲੱਗਿਆ ਰੋਟੀ ਮੁੱਕ ਗਈ, ਰੋਟੀ ਮੁੱਕ ਗਈ ਤੇ ਰਣਜੀਤ ਕੌਰ ਤੇ ਮੈਂ ਮਸਦੀਕ ਜੀ ਕੀ ਕਹਿੰਦੇ, ਫੜ ਲੜੇ ਦਾ ਜਦੋਂ ਮੇਰੇ ਕੋਲੋਂ ਲੰਘਦਾ, ਫੜ ਲੜੇ ਦਾ ਜਦੋਂ ਮੇਰੇ ਕੋਲੋਂ ਲੰਘਦਾ, ਸੁਰਨਾ ਦੇ ਸੁਰ ਮੈਂ ਦਿਆਂਦਾ। ਇਹ ਅੱਗੇ ਨਾਂ ਦੇ ਨਾਲ ਜਮਲਾ ਜੀ, ਦੱਸ ਮੈਂ ਕੀ ਬਰਾਤ ਵਿੱਚੋਂ ਖਾਧੀਆਂ, ਕਿਸ ਟੇਬਲ ਤੇ ਖਾਣਾ ਨਹੀਂ ਉਹ ਬਾਚੀਆਂ, ਮੈਂ ਕੀ ਬਰਾਤ ਵਿੱਚੋਂ ਖਾਧੀਆਂ। ਇਹਨੂੰ ਸਾਵਰ ਕੋਟੀ ਸਾਹਿਬ ਇਕੱਲੇ ਖੜੇ ਦੁਖੀ, ਜਿਸ ਬਾਣੀ ਸਾਡੀ ਕਰਨੀ ਫਿਰ ਵਿਆਹ ਕਿਉਂ ਬੁਲਾਇਆ ਸੀ, ਜੋ ਸ਼ਗਨਿਆਂ ਨੂੰ ਤੂੰ ਪੜ ਗਏ, ਜੋ ਦੋਸੋ ਆਪਾਂ ਪਾਇਆ ਸੀ, ਇਹਦੇ ਸਾਰੇ ਖਾਣੇ ਮੁੱਕ ਗਏ ਨੇ, ਕੱਲੀ ਦਾਲ ਦਾ ਮੁੱਕਣਾ ਬਾਕੀ, ਆ ਬੇਟਰ ਨੂੰ ਕੁੱਟਿਆ ਮੀਕੇ ਨੇ, ਫੁੱਫੜ ਦਾ ਕੁੱਟਣਾ ਬਾਕੀ। ਇਹ ਗਈ ਗਾ ਕੇ ਨਾਲ ਦੀ ਨਾਲ ਕੁੜੀ ਦੀ ਐਂਟਰੀ ਹੋਈ ਝਾਂਜਾ ਪਾ, ਉਹਨੂੰ ਦੇਖ ਕੇ ਨੁਸਰਤ ਸਾਹਿਬ ਕਹਿੰਦੇ, ਸ਼ਹਿਨਾਈਓਂ ਕੀ ਸਦਾ ਕਹਿ ਰਹੀ ਹੈ, ਖੁਸ਼ੀ ਕੀ ਮੁਬਾਰਕ ਗਰੀ ਆ ਗਈ ਹੈ, ਸਜੀ ਸੁਰਤ ਜੋੜੇ ਮੈਂ ਚਾਂਦ ਸਿਧੂ
ਜ਼ਮੀਂ ਪੈ ਪਲਕ ਸੇ ਪਰੀ ਆ ਗਈ ਹੈ। ਇਹਨਾਂ ਨੂੰ ਸਿੱਪੀ ਗੱਲ ਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ, ਉਹ ਨਾਲ ਦੀ ਨਾਲ ਖੜਾ ਹੋ ਕੇ ਕੁੜੀ ਵੱਲ ਦੇਖ ਕੇ ਕਹਿੰਦਾ, ਨੀ ਤੇਰੇ ਨਾਲ ਲੱਗੀ ਨੂੰ ਤਿੰਨ ਵੀ ਕਵੀ ਓਏ ਨਾ, ਇਹ ਤਾਂ ਮੁੱਢ ਤੋਂ ਮੇਰੇ ਨਾਲ ਪਲੇ ਨੇ ਸਾਰੇ, ਦੱਸ ਕਿਉਂ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ, ਇਹ ਤਾਂ ਵਰਦੀ ਅੱਗ ਵਿੱਚ ਨਾਲ ਖੜੇ ਨੇ ਸਾਰੇ। ਉਹਨੇ ਆ ਗਾਣਾ ਗਾਇਆ, ਕੁੜੀ ਵਾਲਿਆਂ ਨੂੰ ਗੁੱਸਾ ਆ ਗਿਆ, ਨਾਲ ਦੀ ਨਾਲ ਉਹਨਾਂ ਨੇ ਇਹਦੀ ਕਟਾਈ ਕਰਨੀ ਸ਼ੁਰੂ ਕਰਤੀ। ਇੱਧਰੋਂ ਬਿੰਦ ਰੱਖਿਆ ਸਾਹਿਬ ਉੱਠ ਕੇ ਕਹਿੰਦੇ, ਇੰਨੇ ਕੱਲ ਤੱਕ ਨਹੀਂ ਰਹਿਣਾ, ਇੰਨੇ ਕੱਲ ਤੱਕ ਨਹੀਂ ਰਹਿਣਾ, ਨੀਏ ਤਿੜਕੇ ਕੜੇ ਦਾ ਪਾਣੀ, ਇੰਨੇ ਕੱਲ ਤੱਕ ਨਹੀਂ ਰਹਿਣਾ। ਇਹਨਾਂ ਸਭ ਕੁਛ ਦੇਖ ਕੇ ਮੇਰਾ ਜੀ ਘਬਰਾਉਣ ਲੱਗਿਆ ਤੇ ਧੜਕਣਾ ਤੇਜ਼ ਹੋ ਗਿਆ, ਮੈਂ ਆਪਣੇ ਘਰ ਆ ਗਿਆ। ਥੈਂਕ ਯੂ।